ਮੇਰੇ ਕੰਟਰੋਵਰਸੀਆਂ ਜੀ ਗੁਰੂ ਘਰ ਨਾਲ ਕਰਿਆ ਕਰੋ, ਪਲੀਜ਼ ਬਾਹਰ ਕਰ ਲਿਆ। ਜਿੱਦਾਂ ਸਿੱਧੂ ਮੂਸੇਵਾਲਾ ਬਾਹਰ ਆਇਆ ਅਤੇ ਜਿਹੜਾ ਸਾਡਾ ਕੰਮ ਇੰਟਰਵਿਊ ਕਰਨਾ, ਆਪਾਂ ਇੰਟਰਵਿਊ ਕਰਨ ਵਾਸਤੇ ਮਾਈਕ ਅੱਗੇ ਕੀਤਾ ਅਤੇ ਇਹਨਾਂ ਦੇ ਬੌਂਸਰ ਜਿਹੜੇ ਹੈਗੇ ਉਹ ਧੱਕਾਸ਼ਾਹੀ ਕਰ ਲੱਗ ਪਏ ਅਤੇ ਗਾਲਾਂ ਕੱਢ ਲੱਗ ਪਏ। ਉਹਨਾਂ ਨੇ ਧੱਕਾ ਜ਼ੋਰ ਦੇ ਨਾਲ ਮਾਰਿਆ ਅਤੇ ਮੇਰਾ ਜ਼ਮੀਨ ਦੇ ਉੱਤੇ ਪੈਰ ਫਿਸਲ ਗਿਆ ਅਤੇ ਸਿੱਧਾ ਮੇਰਾ ਮੱਥਾ ਵੱਜਾ ਇੱਥੋਂ ਜ਼ਮੀਨ ਦੇ ਉੱਤੇ, ਭਰਵੱਟੇ ਅਤੇ ਅੱਖ ਦੇ ਵਿਚਕਾਰ ਸਿੱਧਾ ਇੱਥੇ ਵੱਜਾ ਅਤੇ ਇੱਥੋਂ ਪਾਟ ਗਿਆ ਪੂਰਾ, ਹੋ ਸਕਦਾ ਅੱਖ ਵੀ ਨਿਕਲ ਜਾ। ਸਿੰਗਰਾਂ ਨੂੰ ਜਿੱਦਾਂ ਨਾ ਪਰਵਾਹ ਨਹੀਂ ਰਹਿ ਵੀ ਆਪਾਂ ਲੱਖ ਰੁਪਏ ਸਾਨੂੰ ਆਂਡੇ ਆ, ਕੋਈ ਟੈਨਸ਼ਨ ਨਹੀਂ ਸਾਨੂੰ, ਜਿਹਦੀ ਵਜ੍ਹਾ ਕਰਕੇ ਕਿਸੇ ਦੀ ਪਰਵਾਹ ਕਰਨੀ ਬੰਦ ਕੀਤੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਵੀਂ ਪੀੜ੍ਹੀ ਦੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਹੀ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਬੀਤੇ ਦਿਨੀ ਫਿਰ ਸਿੱਧੂ ਮੂਸੇਵਾਲਾ ਆਪਣੇ ਪਰਿਵਾਰ ਸਮੇਤ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਗਏ ਤਾਂ ਉਹਨਾਂ ਨੂੰ ਰਿਪੋਰਟਰਾਂ ਨੇ ਘੇਰਾ ਪਾ ਲਿਆ ਤੇ ਮੂਸੇਵਾਲੇ ਨੂੰ ਉਹਨਾਂ ਦੇ ਵਿਵਾਦਿਤ ਗੀਤ ਬਾਰੇ ਸਵਾਲ ਜਵਾਬ ਕਰਨ ਲੱਗੇ ਤਾਂ ਮੂਸੇਵਾਲੇ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਹੈ, ਇੱਥੇ ਉਹ ਆਪਣੀ ਇਸ ਕੰਟਰੋਵਰਸੀ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਵੱਲੋਂ ਵੀਡੀਓ ਵਿੱਚ ਰਿਪੋਰਟਰਾਂ ਉੱਪਰ ਧੱਕੇ ਮਾਰਨ ਦੇ ਇਲਜ਼ਾਮ ਵੀ ਲਾਏ ਗਏ। ਮੇਰੇ ਕੰਟਰੋਵਰਸੀਆਂ ਜੀ ਗੁਰੂ ਘਰ ਨਾਲ ਕਰਿਆ ਕਰੋ, ਪਲੀਜ਼ ਬਾਹਰ ਕਰ ਲਿਆ ਕਰੋ। ਕੰਟਰੋਵਰਸੀ ਤੁਹਾਡੇ ਗਾਣੇ ਤੇ ਪਈ ਹੋਈ? ਕੋਈ ਨਹੀਂ ਜੀ, ਮੈਂ ਮਾਫੀ ਮੰਗਦਾ ਜਦੋਂ ਸਟੇਜ ਤੇ ਜਾਂਦਾ ਯਾਰ। ਚਲੋ ਆ ਜਾਓ ਯਾਰ, ਤੁਰੋ ਬਾਈ ਜੀ, ਪਲੀਜ਼ ਯਾਰ, ਪਲੀਜ਼ ਯਾਰ, ਕੋਈ ਗੱਲ ਨਹੀਂ, ਸਾਊਂਡ ਕਰੋ ਯਾਰ। ਓਏ ਯਾਰ ਭਾਈ, ਮੇਰੇ ਮਾਂ ਪਿਓ ਨਾਲ ਯਾਰ ਕੀ ਕਰੀ ਜਾਂਦੇ ਹੋ? ਧੱਕੇਗਾ ਤੂੰ ਮਾਰਿਆ ਥੋੜੀ ਯਾਰ, ਮੈਂ ਗੱਥਾ ਦੇਖਣ ਆਇਆ ਯਾਰ ਵੀਰੇ, ਮੈਂ ਕਿਉਂ ਕਰੀ ਜਾਂਦੇ ਹੋ? ਕਮਾਲ ਆ ਯਾਰ ਵੀਰੇ। ਇਸ ਤੋਂ ਬਾਅਦ ਇੱਕ ਰਿਪੋਰਟਰ ਵੱਲੋਂ ਪੁਲਿਸ ਸਟੇਸ਼ਨ ਵਿੱਚ ਕੰਪਲੇਂਟ ਕੀਤੀ ਗਈ ਤੇ ਕਿਹਾ ਗਿਆ ਕਿ ਸਿੱਧੂ ਵੱਲੋਂ ਧੱਕਾ ਮਾਰ ਉਸਦਾ ਸਿਰ ਪਾੜ ਦਿੱਤਾ ਹੈ। ਤੁਸੀਂ ਵੀ ਸੁਣੋ ਉਸ ਰਿਪੋਰਟਰ ਦੀ ਜ਼ਬਾਨੀ, ਅਖੀਰ ਕੀ ਹੈ ਇਸ ਵਿਚਲਾ ਸੱਚ। ਮੇਰਾ ਨਾਮ ਸੁਖਚੈਨ ਹੈਗਾ ਜੀ, ਮੈਂ ਡੇਲੀ ਪੋਸਟ ਪੰਜਾਬੀ 'ਚ ਕੰਮ ਕਰਦਾ ਜੀ ਅਤੇ ਕਾਫੀ ਦੇਰ ਤੋਂ ਮੈਂ ਕੰਮ ਕਰ ਰਿਹਾ ਚੈਨਲ ਦੇ ਵਿੱਚ, ਕਾਫੀ ਪਹਿਲੇ ਵੀ ਚੈਨਲ ਕੀਤੇ, 10-12 ਸਾਲ ਹੋ ਗਏ ਮਿਲੀ ਮੀਡੀਆ 'ਤੇ। ਸਾਡਾ ਜਿਹੜਾ ਕੰਮ ਵਾ ਕਿ ਜਿਹੜਾ ਵੀ ਕੋਈ ਸੈਲੀਬ੍ਰਿਟੀ ਆਉਂਦਾ ਉਹਦੀ ਸਾਡੀ ਇੰਟਰਵਿਊ ਆਪਾਂ ਕਰਨੀ ਹੁੰਦੀ ਆ, ਜਿਹੜਾ ਸਾਡਾ ਕੰਮ ਸਾਨੂੰ ਚੈਨਲ ਲਾਇਆ ਕਿਉਂਕਿ ਸਾਡਾ ਕੰਮ ਹੈ। ਅਤੇ ਅੱਜ ਵੀ ਅਸੀਂ ਰਾਜ ਮੰਤਰੀ ਜੀ ਆਏ ਸੀ, ਰਤਨ ਲਾਲ ਜੀ, ਆਪਾਂ ਉਹਨਾਂ ਦੀ ਇੰਟਰਵਿਊ ਕਰਨ ਵਾਸਤੇ ਇੱਥੇ ਪਹੁੰਚੇ ਸੀ ਅਤੇ ਜਿੱਦਾਂ ਹੀ ਅਸੀਂ ਇੱਥੇ ਪਹੁੰਚੇ ਹਾਂ ਅਤੇ ਸਾਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਵੀ ਇੱਥੇ ਪਹੁੰਚਿਆ ਆ। ਅਤੇ ਜਦੋਂ ਸਿੱਧੂ ਮੂਸੇਵਾਲੇ ਦਾ ਸਾਨੂੰ ਪਤਾ ਲੱਗਾ ਤਾਂ ਆਪਾਂ ਚਾਹਿਆ ਵੀ ਚਲੋ ਇਹ ਵੀ ਖਬਰ ਹੋ ਜਾਏਗੀ, ਵਧੀਆ ਤਰੀਕੇ ਨਾਲ ਆਪਾਂ ਖਬਰ ਇਹ ਵੀ ਕਰਨੀ ਸ਼ੁਰੂ ਕਰ ਦਿੱਤੀ। ਸਿੱਧੂ ਮੂਸੇਵਾਲਾ ਅੰਦਰ ਗਿਆ, ਉਹ ਸ਼ੋਟ ਸ਼ੂਟ ਕਰ ਲਿੱਤੇ, ਪਰ ਜਿੱਦਾਂ ਸਿੱਧੂ ਮੂਸੇਵਾਲਾ ਬਾਹਰ ਆਇਆ ਅਤੇ ਜਿਹੜਾ ਸਾਡਾ ਕੰਮ ਇੰਟਰਵਿਊ ਕਰਨਾ, ਆਪਾਂ ਇੰਟਰਵਿਊ ਕਰਨ ਵਾਸਤੇ ਮਾਈਕ ਅੱਗੇ ਕੀਤਾ ਅਤੇ ਇਹਨਾਂ ਦੇ ਬੌਂਸਰ ਜਿਹੜੇ ਹੈਗੇ ਉਹ ਧੱਕਾਸ਼ਾਹੀ ਕਰ ਲੱਗ ਪਏ ਅਤੇ ਗਾਲਾਂ ਕੱਢ ਲੱਗ ਪਏ, ਪਿੱਛੇ ਹੋਵੋ, ਆਪਾਂ ਕੋਈ ਖਬਰ ਕੋਈ ਨਹੀਂ ਕਰਾਉਣੀ। ਅਤੇ ਅਸੀਂ ਕਿਹਾ ਵੀ ਸਰ, ਸਾਰੀ ਮੀਡੀਆ ਵਾਲਿਆਂ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ, ਅਤੇ ਅਸੀਂ ਕਿਹਾ ਸਰ ਸਾਡਾ ਜਿਹੜਾ ਕੰਮ ਹੈਗਾ ਉਹ ਸਾਨੂੰ ਕਰਨ ਦਿਉ, ਆਪਾਂ ਤਾਂ ਬਾਈਟੀ ਲੈਣੀ, ਜੋ ਮਰਜ਼ੀ ਕਹਿ ਦਿਉ, ਸਾਡੇ ਚੈਨਲ ਨੇ ਸਾਡੀ ਡਿਊਟੀ ਲਾਈ ਹੁੰਦੀ ਹੈ ਵੀ ਜੋ ਮਰਜ਼ੀ ਤੁਸੀਂ ਕਹਿ ਦਿਉ ਆਪਾਂ ਉਹੀ ਸਹੀ ਹੈ ਸਾਡੇ ਵਾਸਤੇ। ਅਤੇ ਕਹਿੰਦੇ ਨਹੀਂ ਜੀ, ਉਹ ਨਹੀਂ ਤਾਂ ਸਿੱਧੂ ਮੂਸੇ ਨੇ ਕਹਿੰਦਾ ਇਹਨਾਂ ਨੂੰ ਪਿੱਛੇ ਕਰੋ ਸਾਰਿਆਂ ਨੂੰ, ਉਹਨਾਂ ਵਿੱਚ ਉਹ ਧੱਕਾ ਮਾਰਨਾ ਸ਼ੁਰੂ ਕਰਦੇ ਉਹਨਾਂ ਨੇ ਸਾਨੂੰ।
ਅਤੇ ਉਹਨਾਂ ਨੇ ਧੱਕਾ ਜ਼ੋਰ ਦੇ ਨਾਲ ਮਾਰਿਆ ਅਤੇ ਮੇਰਾ ਜ਼ਮੀਨ ਦੇ ਉੱਤੇ ਪੈਰ ਫਿਸਲ ਗਿਆ ਅਤੇ ਸਿੱਧਾ ਮੇਰਾ ਮੱਥਾ ਵੱਜਾ ਇੱਥੋਂ ਜ਼ਮੀਨ ਦੇ ਉੱਤੇ ਭਰਵੱਟੇ ਅਤੇ ਅੱਖ ਦੇ ਵਿਚਕਾਰ ਸਿੱਧਾ ਇੱਥੇ ਵੱਜਾ ਅਤੇ ਇੱਥੋਂ ਪਾਟ ਗਿਆ ਪੂਰਾ ਅਤੇ ਹੋ ਸਕਦਾ ਅੱਖ ਵੀ ਨਿਕਲ ਸਕਦੀ ਸੀ ਕਿਉਂਕਿ ਉੱਥੇ ਸਰੀਏ ਸੁਰੀਏ ਗਾਡਰ ਗੁਡਰ ਪਏ ਸੀ ਜਿੱਥੇ ਮੈਂ ਡਿੱਗਾ ਹੈ ਇੱਕ ਇੱਥੇ ਸੱਟ ਲੱਗੀ ਆ ਅਰਕ ਦੇ ਉੱਤੇ ਅਤੇ ਇੱਕ ਮੇਰੇ ਇੱਥੇ ਚੂੜੇ ਦੇ ਸੱਜੇ ਸਾਈਡ 'ਤੇ ਲੱਗੀ ਅਤੇ ਇੱਕ ਅੰਗੂਠਾ ਜਿਹੜਾ ਪੈਰ ਦਾ ਹੈਗਾ ਉਹ ਮੇਰਾ ਛਿੱਲਿਆ ਗਿਆ ਬਿਲਕੁਲ ਬਿਲਕੁਲ ਜੀ ਮਾਈ ਭਾਗੋ ਦਾ ਸਵਾਲ ਹੀ ਜਿਹੜਾ ਹੈਗਾ ਸੀ ਉਹੀ ਸਾਰੇ ਪੱਤਰਕਾਰ ਪੁੱਛਦੇ ਪਏ ਸੀ ਅਤੇ ਉਹੀ ਮੇਨ ਸੀ ਕਿਉਂਕਿ ਵਿਵਾਦਾਂ ਦੇ ਵਿੱਚ ਘਿਰੇ ਸੀ ਸਿੱਧੂ ਮੂਸੇਵਾਲਾ ਜੀ ਅਤੇ ਉਹਨਾਂ ਵਾਸਤੇ ਆਪਾਂ ਸਵਾਲ ਤਾਂ ਸਾਡਾ ਪੁੱਛਣਾ ਬਣਦਾ ਸੀ ਕਿਉਂਕਿ ਚੈਨਲ ਨੇ ਵੀ ਸਾਨੂੰ ਕਹਿਣਾ ਸੀ ਕਿ ਸਵਾਲ ਪੁੱਛਿਆ ਕਿ ਨਹੀਂ ਪੁੱਛਿਆ ਅਤੇ ਉਹ ਸਵਾਲ ਜਿਹੜਾ ਹੈਗਾ ਸੀ ਸਭ ਤੋਂ ਅਹਿਮ ਹੈਗਾ ਸੀ ਅਤੇ ਉਹਨਾਂ ਨੂੰ ਵੀ ਪਤਾ ਸੀ ਇਹਨਾਂ ਨੇ ਇਸੇ ਦੇ ਬਾਰੇ ਸਵਾਲ ਪੁੱਛਣਾ ਸਿੱਧੂ ਮੂਸੇਵਾਲੇ ਦੇ ਸਾਰੇ ਦੇ ਹੋਇਆ ਬਿਲਕੁਲ ਜੀ ਉਹਨਾਂ ਵੱਲੋਂ ਇਹ ਕਿਹਾ ਕਿ ਇਹਨਾਂ ਨੂੰ ਪਿੱਛੇ ਕਰ ਦਿਉ ਸਾਰਿਆਂ ਨੂੰ ਇੰਨੇ ਦੇ ਵਿੱਚ ਧੱਕੇ ਮਾਰ ਧੱਕੇ ਸ਼ਾਹੀ ਕਰਨੀ ਸ਼ੁਰੂ ਕਰ ਦਿਓ ਉਹਨਾਂ ਧੱਕੇ ਦੇਖਿਆ ਗਿਆ ਕਿ ਸਿੱਧੂ ਮੂਸੇਵਾਲੇ ਨੇ ਇਸ਼ਾਰਾ ਕਰਕੇ ਸਾਰਿਆਂ ਨੂੰ ਆਪਣੇ ਬੋਨਸਾਂ ਜਿਹੜੇ ਬਦਮਾਸ਼ ਸੀ ਉਹਨਾਂ ਨੂੰ ਕਿਹਾ ਕਿ ਧੱਕੇ ਮਾਰੋ ਇਹਨਾਂ ਨੂੰ ਬਾਹਰ ਕਰ ਦਿਓ ਬਿਲਕੁਲ ਬਿਲਕੁਲ ਉਹ ਤਾਂ ਦੇਖ ਸਕਦੇ ਕਿ ਜਦੋਂ ਇੱਕ ਕੈਮਰੇ ਦੇ ਵਿੱਚ ਕਾਫੀ ਸ਼ੂਟ ਵੀ ਆਇਆ ਨਾ ਕਿ ਜਦੋਂ ਆਈਡੀਆ ਕੀਤੀ ਤਾਂ ਆਈਡੀਆ ਨੂੰ ਐਂ ਕਰਕੇ ਧੱਕੇ ਮਾਰ ਕੇ ਪਿੱਛੇ ਨੂੰ ਕੀਤਾ ਉਹਨਾਂ ਨੇ ਕਿ ਜਿਸ ਤਰ੍ਹਾਂ ਮੈਂ ਤਾਂ ਇਹ ਚਾਹੁੰਦਾ ਵਾਂ ਕਿ ਗੁਰੂ ਘਰ ਦੇ ਵਿੱਚ ਆਏ ਕਿ ਸਾਰੇ ਨੀਵੇਂ ਹੋ ਗਏ ਆ ਉਹ ਅਸੀਂ ਵੀ ਇੱਥੇ ਪਹੁੰਚੇ ਅਸੀਂ ਰੋਜ਼ ਸਾਡੀ ਤਾਂ ਰੋਜ਼ ਡਿਊਟੀ ਹੁੰਦੀ ਵੀ ਕਿਤੇ ਕੋਈ ਨਾ ਕੋਈ ਸੈਲੀਬ੍ਰਿਟੀ ਇੱਥੇ ਪਹੁੰਚਦਾ ਤਾਂ ਅਸੀਂ ਖਬਰਾਂ ਕਰਦੇ ਹਾਂ ਅੱਗੇ ਕਦੀ ਇਸ ਤਰ੍ਹਾਂ ਦਾ ਹਾਸਾ ਨਹੀਂ ਆਇਆ ਸੀ ਪਰ ਸਿੱਧੂ ਮੂਸੇਵਾਲਾ ਅੱਗੇ ਵੀ ਲਗਾਤਾਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ ਅਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਕੰਪਲੇਂਟ ਮੈਂ ਦੇ ਦਿੱਤੀ ਜੀ ਜਿਹੜਾ ਥਾਣਾ ਇੱਥੇ ਪੈਂਦਾ ਵਾ ਉਹਨਾਂ ਨੂੰ ਕੰਪਲੇਂਟ ਦੇ ਦਿੱਤੀ ਆ ਅਤੇ ਡਾਕ ਕੱਟੀ ਗਈ ਅਤੇ ਮੈਂ ਮੁਲਾਜ਼ਾ ਲੱਗਾ ਕਮਾਂ ਕੰਪਲੇਂਟ ਕਿਹਦੇ ਨਾਮ 'ਤੇ ਦਿੱਤੀ ਸੁਖਚੈਨ ਦੇ ਮੇਰੇ ਉਹਦੇ ਮੈਂ ਦਿੱਤੀ ਆਪਣੇ ਵੱਲੋਂ ਅਤੇ ਸਿੱਧੂ ਮੂਸੇਵਾਲੇ ਦੇ ਖਿਲਾਫ ਜਿਹੜੇ ਉਹਨਾਂ ਦੇ ਨਾਲ ਬੌਂਸਰ ਬੁੰਸਰ ਹੈਗੇ ਉਹਨਾਂ ਸਾਰਿਆਂ ਦੇ ਖਿਲਾਫ ਕੀ ਮੰਗ ਕਰਦੇ ਮੰਗ ਇਹ ਕਰਦਾ ਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਨੱਥ ਪਾਣੀ ਚਾਹੀਦੀ ਕਿ ਜਿਹੜੇ ਬੰਦੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਆ ਕੇ ਧੱਕੇ ਸ਼ਾਹੀ ਕਰਦੇ ਇੱਥੇ ਆ ਕੇ ਤਾਂ ਨੀਵੇਂ ਹੋ ਕੇ ਕਹਿਣਾ ਚਾਹੀਦਾ ਕਿ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਸਿੰਗਰਾਂ ਨੂੰ ਕੀ ਕਹਿਣਾ ਸੁਨੇਹਾ ਕਿ ਮੈਸੇਜ ਦੇਣਾ ਚਾਹੁੰਦੇ ਹੋ ਵੇਖਿਆ ਜਾਵੇ ਤਾਂ ਸਿੰਗਰ ਜ਼ਿਆਦਾਤਰ ਨਾ ਅਕਸਰ ਇੱਥੇ ਵੇਖਦੇ ਹੋਏ ਕੋਈ ਨਾ ਕੋਈ ਸਿੰਗਰ ਵਿਵਾਦਾਂ ਵਿੱਚ ਘਿਰਿਆ ਜਾਂਦਾ ਸਿੰਗਰਾਂ ਨੂੰ ਜਿਸ ਤਰ੍ਹਾਂ ਨਾ ਪ੍ਰਵਾਹ ਨਹੀਂ ਰਹਿ ਗਈ ਵੀ ਆਪਾਂ ਲੱਖ ਰੁਪਏ ਸਾਨੂੰ ਆਂਡੇ ਆ ਕੋਈ ਟੈਨਸ਼ਨ ਨਹੀਂ ਸਾਨੂੰ ਜਿਹਦੀ ਵਜ੍ਹਾ ਕਰਕੇ ਕਿਸੇ ਦੀ ਪ੍ਰਵਾਹ ਕਰਨੀ ਬੰਦ ਕੀਤੀ ਹੈ ਨਾਲ ਕਿੰਨੇ ਕਿੰਨੇ ਬੌਂਸਰ ਰੱਖੇ ਹੁੰਦੇ ਆ ਵੀ ਠੀਕ ਹੈ ਜੀ ਬੌਂਸਰ ਆਪੇ ਧੱਕੇ ਸ਼ਾਹੀ ਕਰਕੇ ਪਿੱਛੇ ਕਰ ਦਿੰਦੇ ਕਦੀ ਕੋਈ ਤੇ ਕਦੀ ਕੋਈ ਜੀ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਉੱਥੇ ਫਟਾਫਟ ਉੱਥੇ ਉਸ ਵੇਲੇ ਪਹੁੰਚੇ ਆ ਪਰ ਸਿੱਧੂ ਮੂਸੇਵਾਲਾ ਚਲਾ ਗਿਆ ਸੀ ਇਹ ਸ਼੍ਰੋਮਣੀ ਕਮੇਟੀ ਵਾਲੇ ਨੇ ਮੇਰੇ ਪੱਟੀ ਕੀਤੀ ਉਸ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਰਿਪੋਰਟਰਾਂ ਵਿੱਚੋਂ ਕੌਣ ਸਹੀ ਲੱਗਦਾ ਹੈ ਤੁਸੀਂ ਕਿਸ ਦੇ ਹੱਕ ਵਿੱਚ ਹੋ ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ